ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਨੇ, ਪ੍ਰਿੰਟਰ ਆ, ਲੈਪਟੋਪ ਆ, ਉਹ ਪੁਲਿਸ ਦੇ ਵੱਲੋਂ ਇੱਕ ਦੋਸ਼ੀ ਦੇ ਘਰੋਂ ਤਲਾਸ਼ੀ ਦੌਰਾਨ ਜਿਹੜਾ ਹੈਗਾ ਬਰਾਮਦ ਕੀਤਾ ਗਿਆ। ਤੁਹਾਨੂੰ ਇਸ ਸਾਈਡ ਅਗਰ ਆਪਾਂ ਤਸਵੀਰਾਂ ਦਿਖਾਈਏ ਤਾਂ ਤੁਹਾਨੂੰ ਜਿਹੜੇ ਖਾਲੀ ਬੋਤਲਾਂ ਨੂੰ ਲਗਾਉਣ ਵਾਲੇ ਕੈਪ ਨੇ ਉਹ ਦਿਖਾਈ ਦੇਣਗੇ, ਅਤੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਖਾਲੀ ਬੋਤਲਾਂ ਹੈਗੀਆਂ ਨੇ ਉਹ ਦਿਖਾਈ ਦੇਣਗੀਆਂ। ਇਹ ਦੋਸ਼ੀਆਂ ਦੇ ਵੱਲੋਂ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਪੰਜਾਬ ਸਰਕਾਰ ਦੇ ਠੇਕਿਆਂ ਦੇ ਉੱਪਰੋਂ ਜਿਹੜੇ ਲੈਵਲ ਨੇ ਉਹ ਮਿਲਦੇ ਨੇ, ਹਰ ਇੱਕ ਚੀਜ਼ ਉਸੇ ਤਰੀਕੇ ਨਾਲ ਬਣਾਈ ਹੋਈ ਸੀ, ਅਤੇ ਪ੍ਰਿੰਟਰ ਦੇ ਰਾਹੀਂ ਜਿਹੜੇ ਬਿਲਕੁਲ ਜਿਵੇਂ ਸ਼ਰਾਬ ਦੀਆਂ ਬੋਤਲਾਂ ਦੇ ਉੱਪਰ ਲੈਵਲ ਹੁੰਦੇ ਨੇ, ਉਹ ਇਸ ਵਕਤ ਇਹ ਦੋਸ਼ੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਬਣਾ ਕੇ ਸਪਲਾਈ ਕੀਤੇ ਜਾ ਰਹੇ ਸੀ। ਤੁਹਾਨੂੰ ਤਸਵੀਰਾਂ ਉਸ ਸ਼ਰਾਬ ਦੀ ਨਕਲੀ ਬੋਤਲ ਦੀਆਂ ਦਿਖਾਵਾਂਗੇ, ਜਿਸ ਤਰੀਕੇ ਨਾਲ ਤੁਹਾਨੂੰ ਠੇਕੇ ਤੋਂ ਸ਼ਰਾਬ ਦੀ ਬੋਤਲ ਮਿਲਦੀ ਹੈ ਤਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਣੇ ਪ੍ਰਿੰਟਰ ਦੇ ਵਿੱਚੋਂ ਜਿਹੜਾ ਲੈਵਲ ਹੈਗਾ ਉਹ ਛਾਪ ਕੇ ਦੋਸ਼ੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਆ ਸ਼ਰਾਬ ਸਪਲਾਈ ਕੀਤੀ ਜਾਂਦੀ ਸੀ। 8 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਹਸਪੀਟਲ ਦੇ ਵਿੱਚ ਇਲਾਜ ਕਰਵਾ ਰਹੇ ਨੇ। ਪਰ ਇੱਕ ਵੱਡੀ ਗੱਲ ਪੁਲਿਸ ਅਫਸਰਾਂ ਦੇ ਵੱਲੋਂ ਸਾਫ਼ ਤੌਰ 'ਤੇ ਕਹੀ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਪਹਿਲੀ ਵਾਰ ਜਿਹੜਾ ਹੈਗਾ ਇਸ ਤਰੀਕੇ ਦਾ ਜਿਹੜਾ ਨਕਲੀ ਸ਼ਰਾਬ ਤਿਆਰ ਕਰਕੇ ਵੇਚੀ ਗਈ ਸੀ। ਪਹਿਲਾ ਕੰਸਾਈਨਮੈਂਟ ਸੀ, ਜਿਹਤੋਂ ਬਾਅਦ ਕਾਫ਼ੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਉੱਥੇ ਲੋਕ ਬਿਮਾਰ ਹੋਏ ਨੇ, 8 ਲੋਕਾਂ ਦੀ ਮੌਤ ਹੋਈ ਹੈ। ਅਤੇ ਹੁਣ 24 ਘੰਟੇ ਦੇ ਵਿੱਚ ਪੁਲਿਸ ਦੇ ਵੱਲੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਸਪੈਸ਼ਲ SIT ਬਣਾਈ ਗਈ ਹੈ ਜਿਹੜੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ 200 ਲੀਟਰ ਦੇ ਲਗਭਗ ਐਥੇਨੋਲ ਜਿਹੜਾ ਹੈਗਾ ਉਹ ਕਿੱਥੋਂ ਲਿਆਂਦਾ ਗਿਆ, ਬਿਨਾਂ ਲਾਇਸੈਂਸ ਤੋਂ ਉਹ ਕਿਸ ਤਰੀਕੇ ਨਾਲ ਮਿਲਿਆ। ਉਸ ਤੋਂ ਬਾਅਦ 400 ਤੋਂ ਲੈ ਕੇ ਲਗਭਗ 300-400 ਦੇ ਲਗਭਗ ਜਿਹੜੀ ਹੈਗੀ ਹੈ ਨਕਲੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਹਰ ਇੱਕ ਸਮਾਨ ਜਿਹੜਾ ਹੈਗਾ ਇਹ ਕਿਸ ਤਰੀਕੇ ਦੇ ਨਾਲ, ਜਿਨ੍ਹਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਕਲਰ ਜਾਂ ਫਲੇਵਰ ਵੀ ਜਿਹੜੇ ਹੈਗੇ ਨੇ ਉਹ ਹਰ ਇੱਕ ਟੇਸਟ ਦੇ ਅਲੱਗ ਅਲੱਗ ਜਿਹੜੇ ਹੈਗੇ ਸੀ ਮਿਕਸ ਕੀਤੇ ਜਾਂਦੇ ਸੀ। ਪੂਰੇ ਮਾਮਲੇ ਦੀ ਜਿਹੜੀ ਹੈਗੀ ਆ ਕਾਰਵਾਈ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਜਿਹੜੇ ਵੱਡੇ ਖੁਲਾਸੇ ਨੇ ਪੁਲਿਸ ਦੇ ਵੱਲੋਂ ਆਉਣ ਵਾਲੇ ਸਮੇਂ 'ਚ ਕੀਤੇ ਜਾ ਸਕਦੇ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਨੇ, ਪ੍ਰਿੰਟਰ ਆ, ਲੈਪਟੋਪ ਆ, ਉਹ ਪੁਲਿਸ ਦੇ ਵੱਲੋਂ ਇੱਕ ਦੋਸ਼ੀ ਦੇ ਘਰੋਂ ਤਲਾਸ਼ੀ ਦੌਰਾਨ ਜਿਹੜਾ ਹੈਗਾ ਬਰਾਮਦ ਕੀਤਾ ਗਿਆ। ਤੁਹਾਨੂੰ ਇਸ ਸਾਈਡ ਅਗਰ ਆਪਾਂ ਤਸਵੀਰਾਂ ਦਿਖਾਈਏ ਤਾਂ ਤੁਹਾਨੂੰ ਜਿਹੜੇ ਖਾਲੀ ਬੋਤਲਾਂ ਨੂੰ ਲਗਾਉਣ ਵਾਲੇ ਕੈਪ ਨੇ ਉਹ ਦਿਖਾਈ ਦੇਣਗੇ, ਅਤੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਖਾਲੀ ਬੋਤਲਾਂ ਹੈਗੀਆਂ ਨੇ ਉਹ ਦਿਖਾਈ ਦੇਣਗੀਆਂ। ਇਹ ਦੋਸ਼ੀਆਂ ਦੇ ਵੱਲੋਂ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਪੰਜਾਬ ਸਰਕਾਰ ਦੇ ਠੇਕਿਆਂ ਦੇ ਉੱਪਰੋਂ ਜਿਹੜੇ ਲੈਵਲ ਨੇ ਉਹ ਮਿਲਦੇ ਨੇ, ਹਰ ਇੱਕ ਚੀਜ਼ ਉਸੇ ਤਰੀਕੇ ਨਾਲ ਬਣਾਈ ਹੋਈ ਸੀ, ਅਤੇ ਪ੍ਰਿੰਟਰ ਦੇ ਰਾਹੀਂ ਜਿਹੜੇ ਬਿਲਕੁਲ ਜਿਵੇਂ ਸ਼ਰਾਬ ਦੀਆਂ ਬੋਤਲਾਂ ਦੇ ਉੱਪਰ ਲੈਵਲ ਹੁੰਦੇ ਨੇ, ਉਹ ਇਸ ਵਕਤ ਇਹ ਦੋਸ਼ੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਬਣਾ ਕੇ ਸਪਲਾਈ ਕੀਤੇ ਜਾ ਰਹੇ ਸੀ। ਤੁਹਾਨੂੰ ਤਸਵੀਰਾਂ ਉਸ ਸ਼ਰਾਬ ਦੀ ਨਕਲੀ ਬੋਤਲ ਦੀਆਂ ਦਿਖਾਵਾਂਗੇ, ਜਿਸ ਤਰੀਕੇ ਨਾਲ ਤੁਹਾਨੂੰ ਠੇਕੇ ਤੋਂ ਸ਼ਰਾਬ ਦੀ ਬੋਤਲ ਮਿਲਦੀ ਹੈ ਤਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਣੇ ਪ੍ਰਿੰਟਰ ਦੇ ਵਿੱਚੋਂ ਜਿਹੜਾ ਲੈਵਲ ਹੈਗਾ ਉਹ ਛਾਪ ਕੇ ਦੋਸ਼ੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਆ ਸ਼ਰਾਬ ਸਪਲਾਈ ਕੀਤੀ ਜਾਂਦੀ ਸੀ। 8 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਹਸਪੀਟਲ ਦੇ ਵਿੱਚ ਇਲਾਜ ਕਰਵਾ ਰਹੇ ਨੇ। ਪਰ ਇੱਕ ਵੱਡੀ ਗੱਲ ਪੁਲਿਸ ਅਫਸਰਾਂ ਦੇ ਵੱਲੋਂ ਸਾਫ਼ ਤੌਰ 'ਤੇ ਕਹੀ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਪਹਿਲੀ ਵਾਰ ਜਿਹੜਾ ਹੈਗਾ ਇਸ ਤਰੀਕੇ ਦਾ ਜਿਹੜਾ ਨਕਲੀ ਸ਼ਰਾਬ ਤਿਆਰ ਕਰਕੇ ਵੇਚੀ ਗਈ ਸੀ। ਪਹਿਲਾ ਕੰਸਾਈਨਮੈਂਟ ਸੀ, ਜਿਹਤੋਂ ਬਾਅਦ ਕਾਫ਼ੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਉੱਥੇ ਲੋਕ ਬਿਮਾਰ ਹੋਏ ਨੇ, 8 ਲੋਕਾਂ ਦੀ ਮੌਤ ਹੋਈ ਹੈ। ਅਤੇ ਹੁਣ 24 ਘੰਟੇ ਦੇ ਵਿੱਚ ਪੁਲਿਸ ਦੇ ਵੱਲੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਸਪੈਸ਼ਲ SIT ਬਣਾਈ ਗਈ ਹੈ ਜਿਹੜੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ 200 ਲੀਟਰ ਦੇ ਲਗਭਗ ਐਥੇਨੋਲ ਜਿਹੜਾ ਹੈਗਾ ਉਹ ਕਿੱਥੋਂ ਲਿਆਂਦਾ ਗਿਆ, ਬਿਨਾਂ ਲਾਇਸੈਂਸ ਤੋਂ ਉਹ ਕਿਸ ਤਰੀਕੇ ਨਾਲ ਮਿਲਿਆ। ਉਸ ਤੋਂ ਬਾਅਦ 400 ਤੋਂ ਲੈ ਕੇ ਲਗਭਗ 300-400 ਦੇ ਲਗਭਗ ਜਿਹੜੀ ਹੈਗੀ ਹੈ ਨਕਲੀ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਹਰ ਇੱਕ ਸਮਾਨ ਜਿਹੜਾ ਹੈਗਾ ਇਹ ਕਿਸ ਤਰੀਕੇ ਦੇ ਨਾਲ, ਜਿਨ੍ਹਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਕਲਰ ਜਾਂ ਫਲੇਵਰ ਵੀ ਜਿਹੜੇ ਹੈਗੇ ਨੇ ਉਹ ਹਰ ਇੱਕ ਟੇਸਟ ਦੇ ਅਲੱਗ ਅਲੱਗ ਜਿਹੜੇ ਹੈਗੇ ਸੀ ਮਿਕਸ ਕੀਤੇ ਜਾਂਦੇ ਸੀ। ਪੂਰੇ ਮਾਮਲੇ ਦੀ ਜਿਹੜੀ ਹੈਗੀ ਆ ਕਾਰਵਾਈ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਜਿਹੜੇ ਵੱਡੇ ਖੁਲਾਸੇ ਨੇ ਪੁਲਿਸ ਦੇ ਵੱਲੋਂ ਆਉਣ ਵਾਲੇ ਸਮੇਂ 'ਚ ਕੀਤੇ ਜਾ ਸਕਦੇ ਨੇ।